ਤੀਆਂ ਦੇ ਲੇਖ ਭਾਗ 11 ਮਨਜੀਤ ਕਹਿੰਦੀ ਬੇਬੇ ਜੀ ਵਿਹੜੇ ਵਿੱਚ ਤਾਂ ਗਰਮੀ ਬਹੁਤ ਆ ਤੁਸੀਂ ਅੰਦਰ ਹੀ ਬੈਠ ਜਾਓ ਬੇਬੇ ਕੁਝ ਨਾ ਬੋਲੀ ਵਿਹੜੇ ਵਿੱਚ ਚਲੀ ਗਈ ਮਨਜੀਤ ਵੀ ਪਿੱਛੇ ਹੀ ਚਲੀ ਗਈ ਬੇਬੇ ਜੀ ਗੇਟ ਤੇ ਖੜੀ ਗੱਡੀ ਕੋਲ ਪਹੁੰਚ ਗਈ ਮਨਜੀਤ ਦੇ ਪਹੁੰਚਣ ਤੋਂ ਪਹਿਲਾਂ ਬੇਬੇ ਜੀ ਨੇ ਮੇਨ ਗੇਟ ਤੋਂ ਬਾਹਰ ਨਿਕਲ ਕੇ ਗੇਟ ਦਾ ਬਾਹਰੋਂ ਕੁੰਡਾ ਮਾਰ ਦਿੱਤਾ ਮਨਜੀਤ ਆਵਾਜ਼ਾਂ ਮਾਰਦੀ ਰਹੀ ਬੇਬੇ ਨੇ ਇੱਕ ਨਾ ਸੁਣੀ ਉਹ ਭੱਜ ਕੇ ਛੱਤ ਤੇ ਚੜ੍ਹ ਗਈ ਜਲਦੀ ਨਾਲ ਗਲੀ ਵਾਲੀ ਛੱਤ ਵੱਲ ਗਈ ਤਾਂ ਉਦੋਂ ਤੱਕ ਬੇਬੇ ਜੀ ਗਲੀ ਦੇ ਅਖੀਰ ਤੱਕ ਪਹੁੰਚ ਗਈ ਮਨਜੀਤ ਨੇ ਫਿਰ ਬੇਬੇ ਨੂੰ ਆਵਾਜ਼ ਮਾਰੀ ਬੇਬੇ ਜੀ ਨੇ ਬਿਨਾਂ ਪਿੱਛੇ ਦੇਖੇ ਸੜਕ ਵੱਲ ਚਲੀ ਗਈ ਮਨਜੀਤ ਕਿੰਨਾ ਟਾਈਮ ਛੱਤ ਤੇ ਧੁੱਪ ਵਿੱਚ ਖੜੀ ਰਹੀ ਕਿ ਕੋਈ ਗਲੀ ਵਿੱਚ ਆਊਗਾ ਤਾਂ ਗੇਟ ਖੁਲਵਾ ਕੇ ਬੇਬੇ ਜੀ ਦੇ ਮਗਰ ਜਾਵਾਂ ਪਰ ਕੋਈ ਨਾ ਆਇਆ ਮਨਜੀਤ ਨੇ ਥੱਲੇ ਆ ਕੇ ਛਿੰਦਰ ਭੈਣ ਨੂੰ ਫੋਨ ਲਾ ਕੇ ਬੇਬੇ ਜੀ ਦੇ ਘਰੋਂ ਜਾਣ ਬਾਰੇ ਦੱਸ ਦਿੱਤਾ ਛਿੰਦਰ ਮਨਜੀਤ ਤੂੰ ਫਿਕਰ ਨਾ ਕਰ ਬੇਬੇ ਪਿੰਡ ਨੂੰ ਗਈ ਹੋ ਮਨਜੀਤ ਭੈਣ ਜੀ ਮੈਨੂੰ ਡਰ ਲੱਗੀ ਜਾਂਦਾ ਛਿੰਦਰ ਮੈਂ ਕਿਹਾ ਡਰ ਨਾ ਮੈਂ ਪਿੰਡ ਨੂੰ ਜਾਂਦੀ ਹਾਂ ਫਿਰ ਦੱਸਦੀ ਹਾਂ ਤੈਨੂੰ ਛਿੰਦਰ ਜਗਤਾਰ ਨੂੰ ਲੈ ਕੇ ਪਿੰਡ ਚਲੀ ਗਈ ਉਦੋਂ ਤੱਕ ਬਲਵਿੰਦਰ ਵੀ ਘਰ ਪਹੁੰਚ ਗਿਆ ਮੇਨ ਗੇਟ ਦਾ ਕੁੰਡਾ ਲੱਗਾ ਦੇਖ ਹੈਰਾਨ ਹੋ ਗਿਆ ਉਹ ਜਲਦੀ ਨਾਲ ਅੰਦਰ ਗਿਆ ਹਾਲ ਵਿੱਚ ਵੜਿਆ ਮਨਜੀਤ ਨੂੰ ਪਰੇਸ਼ਾਨ ਦੇਖ ਜਲਦੀ ਨਾਲ ਉਸ ਨੂੰ ਪੁੱਛਣ ਲੱਗਾ ਮਨਜੀਤ ਨੇ ਸਭ ਕੁਝ ਦੱਸ ਦਿੱਤਾ ਬਲਵਿੰਦਰ ਨੇ ਮਨਜੀਤ ਨੂੰ ਹੌਸਲਾ ਦਿੱਤਾ ਤੇ ਗੱਡੀ ਲੈ ਕੇ ਚਲਾ ਗਿਆ ਛਿੰਦਰ ਨੇ ਮਨਜੀਤ ਨੂੰ ਫੋਨ ਕਰਕੇ ਬੇਬੇ ਦੇ ਪਿੰਡ ਜਾਣ ਬਾਰੇ ਦੱਸ ਦਿੱਤਾ ਬਲਵਿੰਦਰ ਪਹਿਲਾਂ ਸ਼ਹਿਰ ਦੇ ਬੱਸ ਅੱਡੇ ਤੇ ਗਿਆ ਪਰ ਪਿੰਡ ਵਾਲੀ ਬੱਸ ਚਲੀ ਗਈ ਸੀ ਬਲਵਿੰਦਰ ਉੱਥੋਂ ਹੀ ਪਿੰਡ ਨੂੰ ਚਲਾ ਗਿਆ ਘਰ ਪਹੁੰਚਿਆ ਤਾਂ ਜਿੰਦਾ ਲੱਗਿਆ ਹੋਇਆ ਦੇਖ ਉਹ ਚਾਚਾ ਜੀ ਦੇ ਘਰ ਗਿਆ ਤਾਂ ਬੇਬੇ ਚਾਚੀ ਜੀ ਦੇ ਘਰ ਹੀ ਸੀ ਛਿੰਦਰ ਭੈਣ ਅਤੇ ਜਗਤਾਰ ਭਾਅ ਜੀ ਵੀ ਉੱਥੇ ਹੀ ਸੀ ਬਲਵਿੰਦਰ ਬੇਬੇ ਮੈਂ 10 ਮਿੰਟ ਵਿਚਾਰ ਗਿਆ ਤੂੰ ਇੱਦਾਂ ਘਰੋਂ ਆ ਗਏ ਬੇਬੇ ਤੈਨੂੰ ਕਿਹਾ ਸੀ ਨਾ ਕਿ ਮੈਂ ਉੱਥੇ ਨਹੀਂ ਰਹਿਣਾ ਬਲਵਿੰਦਰ ਬੇਬੇ ਮੈਂ ਤੈਨੂੰ ਇਕੱਲੀ ਨੂੰ ਇੱਥੇ ਨਹੀਂ ਰਹਿਣ ਦੇਣਾ ਉੱਠ ਚੱਲੀਏ ਹੁਣ ਤੇਰੀ ਉਮਰ ਨਹੀਂ ਹੈਗੀ ਇਕੱਲੀ ਰਹਿਣ ਦੀ ਬਲਵਿੰਦਰ ਚਾਚੀ ਕਹੋ ਤੁਸੀਂ ਬੇਬੇ ਨੂੰ ਤੁਸੀਂ ਦੱਸੋ ਮੈਂ ਕੀ ਕਰਾਂ ਮੈਥੋਂ ਜਿੱਥੇ ਮਰਜ਼ੀ ਲਿਖਾ ਲਓ ਜੋ ਮੈਨੂੰ ਕੁਝ ਨਹੀਂ ਚਾਹੀਦਾ ਬਸ ਮੈਂ ਬੇਬੇ ਨੂੰ ਇਕੱਲੀ ਇੱਥੇ ਨਹੀਂ ਛੱਡ ਕੇ ਜਾਣਾ ਚਾਚਾ ਜੀ ਜਾ ਕੇ ਸਰਪੰਚ ਨੂੰ ਲੈ ਆਇਆ ਸਰਪੰਚ ਨੇ ਜਦੋਂ ਕਿਹਾ ਕਿ ਭਾਈ ਤੂੰ ਮੁੰਡੇ ਨਾਲ ਜਾ ਕੇ ਸ਼ਹਿਰ ਰਹਿ ਇੱਥੇ ਇਕੱਲੀ ਤੈਨੂੰ ਔਖਾ ਹੈ ਇਸ ਉਮਰੇ ਬੱਚਿਆਂ ਕੋਲ ਹੀ ਰਹਿਣਾ ਹੁੰਦਾ ਬੇਬੇ ਮੈਨੂੰ ਕੋਈ ਔਖਾ ਨਹੀਂ ਬਾਈ ਜੀ ਮੈਂ ਤਾਂ ਪਿੰਡ ਹੀ ਰਹਿਣਾ ਮੇਰਾ ਨਹੀਂ ਕੋਈ ਮੁੰਡਾ ਹੈਗਾ ਉਹ ਆਪਣੀ ਜਿੱਦ 'ਤੇ ਅੜੀ ਹੋਈ ਸੀ ਆਪਣੀ ਦਰਾਣੀ ਨੂੰ ਕਹਿਣ ਲੱਗੀ ਭੈਣੇ ਲਿਆ ਚਾਬੀਆਂ ਦੇ ਮੈਂ ਘਰ ਜਾਵਾਂ ਬਲਵਿੰਦਰ ਨੂੰ ਇਹ ਸੀ ਕਿ ਕਮਰਿਆਂ ਦੀਆਂ ਚਾਬੀਆਂ ਦਾ ਸ਼ਹਿਰ ਵਾਲੇ ਘਰ ਨੇ ਫਿਰ ਬੇਬੇ ਨੇ ਕਮਰੇ ਕਿਵੇਂ ਖੋਲ੍ਹ ਲਏ ਸਰਪੰਚ ਨੇ ਬਲਵਿੰਦਰ ਦੇ ਚਾਚੇ ਦੇ ਮੁੰਡਿਆਂ ਨੂੰ ਬੇਬੇ ਦਾ ਖਿਆਲ ਰੱਖਣ ਨੂੰ ਕਿਹਾ ਉਹ ਕਹਿਣ ਲੱਗੇ ਤਾਇਆ ਅਸੀਂ ਤਾਂ ਧਿਆਨ ਰੱਖਦੇ ਹਾਂ ਸਾਡੇ ਵੱਲੋਂ ਤਾਂ ਰੋਟੀ ਵੀ ਇੱਧਰ ਖਾ ਲਿਆ ਕਰੇ ਪਰ ਤਾਈ ਨਹੀਂ ਮੰਨਦੀ ਫਿਰ ਸਾਨੂੰ ਇਹ ਵੀ ਹੁੰਦਾ ਕਿ ਬਲਵਿੰਦਰ ਵੀਰਾ ਸਾਡੇ ਬਾਰੇ ਨਾ ਗਲਤ ਸੋਚੇ ਕਿ ਸਾਨੂੰ ਕੋਈ ਲਾਲਚ ਆ ਸਾਨੂੰ ਵੀਰੇ ਵਾਲੀ ਜ਼ਮੀਨ ਦੀ ਵਾਹੀ ਕਰਦਿਆਂ ਨੂੰ 30 ਸਾਲ ਹੋ ਗਏ ਸਾਡੇ ਦੋਵਾਂ ਪਰਿਵਾਰਾਂ ਵਿੱਚ ਕੋਈ ਫਰਕ ਨਹੀਂ ਵੀਰੇ ਨੇ ਕਦੇ ਸਾਨੂੰ ਕੁਝ ਨਹੀਂ ਪੁੱਛਿਆ ਤਾਈ ਜਿਵੇਂ ਹਿਸਾਬ ਕਰ ਲੈਂਦੀ ਸੀ ਸਭ ਠੀਕ ਸੀ ਪਰ ਕੀ ਕਰੀਏ ਤਾਈ ਕਿਸੇ ਦੀ ਸੌਂਦੀ ਨਹੀਂ ਬਲਵਿੰਦਰ ਉੱਥੋਂ ਤੁਰਨ ਵੇਲੇ ਕਹਿਣ ਲੱਗਾ ਭੈਣ ਭਾਅ ਜੀ ਅਤੇ ਚਾਚਾ ਜੀ ਤੁਹਾਨੂੰ ਸਾਰਿਆਂ ਨੂੰ ਦੱਸ ਦਿੰਦਾ ਮੈਨੂੰ ਕੁਝ ਨਹੀਂ ਚਾਹੀਦਾ ਬਸ ਤੁਸੀਂ ਬੇਬੇ ਦਾ ਖਿਆਲ ਰੱਖਿਓ ਬਲਵਿੰਦਰ ਉਦਾਸ ਮਾਨ ਨਾਲ ਸ਼ਹਿਰ ਵਾਪਸ ਆ ਗਿਆ ਛਿੰਦਰ ਹੁਣੀ ਬਿਨਾਂ ਕੁਝ ਕਹੇ ਆਪਣੇ ਪਿੰਡ ਨੂੰ ਵਾਪਸ ਚਲੇ ਗਏ ਬਲਵਿੰਦਰ ਨਾਲ ਬੇਬੇ ਨਾ ਦੇਖ ਕੇ ਹਰਿੰਦਰ ਪੁੱਛਣ ਲੱਗਾ ਮਾਮਾ ਜੀ ਬੇਬੇ ਨਹੀਂ ਆਈ ਬਲਵਿੰਦਰ ਨਾ ਉਹ ਨਹੀਂ ਆਈ ਸਾਰੇ ਜਣੇ ਸਮਝਾ ਕੇ ਹਟੇ ਕਿਸੇ ਦੀ ਨਹੀਂ ਸੌਂਦੀ ਹਰਿੰਦਰ ਘਰ ਦੀਆਂ ਚਾਬੀਆਂ ਤਾਂ ਮੇਰੇ ਕੋਲ ਆ ਮੈਂ ਦੇਖਦਾ ਬਲਵਿੰਦਰ ਹਰਿੰਦਰ ਰਹਿਣ ਦੇ ਚਾਬੀ ਹੈਗੀ ਸੀ ਬੇਬੇ ਕੋਲ ਤੇਰੇ ਸਮਾਨ ਵਿੱਚੋਂ ਕੱਢ ਲਈ ਹੋ ਮਨਜੀਤ ਬਹੁਤ ਉਦਾਸ ਬੈਠੀ ਸੀ ਬਲਵਿੰਦਰ ਮਨਜੀਤ ਆਪਾਂ ਕਿੰਨੀ ਕੋਸ਼ਿਸ਼ ਕੀਤੀ ਹੈ ਤਾਂ ਇਹਦੇ 'ਚ ਤੇਰਾ ਕੋਈ ਕਸੂਰ ਨਹੀਂ 24 ਘੰਟੇ ਤਾਂ ਰਾਖੀ ਵੀ ਨਹੀਂ ਰੱਖ ਹੁੰਦੀ ਹਰਿੰਦਰ ਮਾਮਾ ਜੀ ਮੈਂ ਤੁਹਾਨੂੰ ਕਿਹਾ ਸੀ ਨਾ ਬੇਬੇ ਚੌਪਾ ਕੋਈ ਗੱਲ ਆ ਮਨਜੀਤ ਪਤਾ ਨਹੀਂ ਬੇਬੇ ਕਦੋਂ ਸਾਨੂੰ ਮਾਫ਼ ਕਰੂਗੀ ਹਰਿੰਦਰ ਕਹਿੰਦਾ ਮਾਮਾ ਜੀ ਵੀ ਮੈਂ ਵੀ ਪਿੰਡ ਜਾਵਾਂ ਬਲਵਿੰਦਰ ਨਹੀਂ ਹੁਣ ਕਵੇਲਾ ਹੋ ਗਿਆ ਕੱਲ੍ਹ ਨੂੰ ਕਾਲਜ ਤੋਂ ਸਿੱਧਾ ਹੀ ਚਲਾ ਜਾਈ ਅਗਲੇ ਦਿਨ ਹਰਿੰਦਰ ਆਪਣੇ ਪਿੰਡ ਨੂੰ ਚਲਾ ਗਿਆ ਬਲਵਿੰਦਰ ਹੁਣ ਤੀਜੇ ਚੌਥੇ ਦਿਨ ਪਿੰਡ ਫੋਨ ਕਰਕੇ ਚਾਚੀ ਨਾਲ ਗੱਲ ਕਰਕੇ ਗੱਲ ਕਰ ਲੈਂਦਾ ਅਤੇ ਬੇਬੇ ਦਾ ਹਾਲ ਚਾਲ ਪੁੱਛ ਲੈਂਦਾ ਛਿੰਦਰ ਵੀ 2 ਮਹੀਨਿਆਂ ਬਾਅਦ ਇੱਕ ਦਿਨ ਹਰਿੰਦਰ ਨੂੰ ਲੈ ਕੇ ਬੇਬੇ ਨੂੰ ਮਿਲਣ ਗਈ ਹਰਿੰਦਰ ਉਸ ਦਿਨ ਬੇਬੇ ਨਾਲ ਗੁੱਸੇ ਹੋ ਕੇ ਆਇਆ ਕਹਿੰਦਾ ਬੇਬੇ ਅੱਜ ਤੋਂ ਬਾਅਦ ਮੈਂ ਵੀ ਨਹੀਂ ਆਉਣਾ ਜਦੋਂ ਤੇ ਨਹੀਂ ਕਿਸੇ ਦੀ ਸੋਨੀ ਮੇਰੇ ਸਮਾਨ ਵਿੱਚੋਂ ਚਾਬੀ ਵੀ ਕੱਢ ਲਈ ਪਤਾ ਵੀ ਨਹੀਂ ਲੱਗਣ ਦਿੱਤਾ ਬੇਬੇ ਹਰਿੰਦਰ ਤੂੰ ਤਾਂ ਮੇਰੇ ਕੋਲ ਭੱਜਿਆ ਆਵੇਂਗਾ ਇਹ ਗੱਲ ਬੇਬੇ ਨੇ ਹੱਥ ਹਿਲਾ ਕੇ ਆਕੜ ਜਿਹੀ ਨਾਲ ਕਹੀ ਦੋਵੇਂ ਮਾਂ ਪੁੱਤ ਦੁਖੀ ਹੋ ਕੇ ਘਰੋਂ ਗਏ ਪਿੰਡ ਪਹੁੰਚ ਕੇ ਛਿੰਦਰ ਨੇ ਬਲਵਿੰਦਰ ਨੂੰ ਫੋਨ ਕਰਕੇ ਸਭ ਕੁਝ ਦੱਸ ਦਿੱਤਾ ਕਿ ਪਤਾ ਨਹੀਂ ਬੇਬੇ ਨੇ ਕੀ ਕਰਨਾ ਬਲਵਿੰਦਰ ਭੈਣੇ ਕੁਝ ਮਰਜ਼ੀ ਕਰੀ ਜਾਣ ਮੈਂ ਤਾਂ ਉਸ ਦਿਨ ਸਭ ਕੁਝ ਛੱਡ ਦਿੱਤਾ ਸੀ ਜਿਸ ਦਿਨ ਮੈਨੂੰ ਘਰੋਂ ਕੱਢਿਆ ਸੀ ਬਸ ਉਹਨਾਂ ਦੀ ਸਿਹਤ ਠੀਕ ਰਹੇ ਨਹੀਂ ਔਖਾ ਹੋ ਜਾਣਾ ਛਿੰਦਰ ਵੀ ਇਹੀ ਸੋਚਦੀ ਸੀ ਬਲਵਿੰਦਰ ਦਫ਼ਤਰ ਵਿੱਚ ਹੀ ਸੀ ਜਦੋਂ ਉਹਨੂੰ ਚਾਚੇ ਜੀ ਦਾ ਫੋਨ ਆਇਆ ਉਹਨੇ ਬਲਵਿੰਦਰ ਨੂੰ ਦੱਸਿਆ ਕਿ ਤੇਰੀ ਬੇਬੇ ਅੱਜ ਬਿਨਾਂ ਦੱਸੇ ਘਰੋਂ ਚਲੀ ਗਈ ਅਗਲਾ ਭਾਗ ਅਗਲੀ ਵੀਡੀਓ ਵਿੱਚ